ਗੱਲ ਤਾਂ ਇਹੀ ਹੈ ਨਾ, ਸ਼ੱਕੀ ਕਿਉਂ, ਸ਼ੱਕੀ ਆਪਣੀ ਪੈਸੇ ਸ਼ੱਕੀ ਤਾਂ ਹੁਣ ਤਾਂ ਮੇਰਾ ਖਿਆਲ ਆ ਸ਼ੱਕ ਸ਼ੁੱਕ ਦੀ ਗੱਲ ਨਹੀਂ ਰਹੀ। ਉਹ ਤਾਂ ਲੈਬੋਰੇਟਰੀ ਤਾਂ ਬਾਅਦ ਚ ਦੇਖਾਂਗੇ, ਪਹਿਲਾਂ ਤਾਂ ਆਪ ਹੀ ਉਹਨਾਂ ਦੀ ਸਟੇਟਮੈਂਟ ਮੁਤਾਬਕ ਕੀ ਹੋ ਗਿਆ ਵੀ ਸ਼ੱਕ ਦੇ ਘੇਰੇ ਚ ਹੀ ਹੋਏਗਾ ਸਰ। ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਡਾਕਟਰ ਲਖਵੀਰ ਸਿੰਘ ਵੱਲੋਂ ਲਗਾਤਾਰ ਕਾਰਵਾਈਆਂ ਜਾਰੀ ਨੇ। ਇਸੇ ਦੇ ਤਹਿਤ ਹੁਸ਼ਿਆਰਪੁਰ ਦੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਇੱਕ ਹੋਰ ਕਾਰਵਾਈ ਕਰਦੇ ਹੋਏ 5 ਕੁਇੰਟਲ ਦੇ ਕਰੀਬ ਨਕਲੀ ਪਨੀਰ ਫੜਿਆ। ਇੱਥੇ ਵੀ ਦੱਸ ਦਈਏ ਕਿ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ, ਜਿਸ ਦੇ ਤਹਿਤ ਬਿਆਸ ਦਰਿਆ ਦੇ ਕੰਢੇ 'ਤੇ ਤੜਕਸਾਰ ਇਹ ਕਾਰਵਾਈ ਕੀਤੀ ਗਈ ਹੈ, ਜਿਸ ਦੇ ਤਹਿਤ 5 ਕੁਇੰਟਲ ਦੇ ਕਰੀਬ ਪਨੀਰ ਬਰਾਮਦ ਕੀਤਾ ਗਿਆ। ਇੱਥੇ ਵੀ ਦੱਸ ਦਈਏ ਕਿ ਲਗਾਤਾਰ ਜਿੱਥੇ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਦੇ ਖਿਲਾਫ਼ ਫੂਡ ਸੇਫਟੀ ਵਿਭਾਗ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ, ਤਾਂ ਇਸੇ ਦੇ ਤਹਿਤ 3 ਸੈਂਪਲ ਵੀ ਲਏ ਗਏ ਨੇ ਜਿਨ੍ਹਾਂ ਨੂੰ ਖਰੜ ਲੈਬੋਰਟਰੀ ਲਈ ਭੇਜਿਆ ਗਿਆ। ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ ਦੀ ਰਿਪੋਰਟ, ਹੌਟ ਨਿਊਜ਼ ਇੰਡੀਆ। ਤਜਰਬਾ ਜੋ ਕੰਮ ਦੀ ਚੀਜ਼ਾਂ ਜਾਣੀ ਸਸਤਾ ਪੁੱਗਦਾ ਤਾਂ ਹੀ ਦਿੰਦੇ ਨਾ, ਪੁੱਗਦਾ ਇਸ ਕਰਕੇ ਕਿਉਂਕਿ ਮਿਆਰੀ ਨਹੀਂ ਹੈਗਾ ਸਬ ਸਟੈਂਡਰਡ। ਉਹ ਤਾਂ ਆਪ ਹੀ ਮੰਨੇ ਨੇ ਕਿ ਫੈਟ ਥੋੜੀ ਹੋਣੀ ਚਾਹੀਦੀ। ਹਾਂਜੀ, ਮਤਲਬ ਗੱਲ ਤਾਂ ਇਹੀ ਹੈ ਨਾ, ਸ਼ੱਕੀ ਕਿਉਂ, ਸ਼ੱਕੀ ਹੈ ਪਨੀਰ, ਪੈਸੇ ਸ਼ੱਕੀ ਤਾਂ ਹੁਣ ਤਾਂ ਮੇਰਾ ਖਿਆਲ ਆ ਸ਼ੱਕ ਸ਼ੁੱਕ ਦੀ ਗੱਲ ਨਹੀਂ ਰਹੀ। ਉਹ ਤਾਂ ਲੈਬੋਰੇਟਰੀ ਤਾਂ ਬਾਅਦ ਚ ਦੇਖਾਂਗੇ, ਪਹਿਲਾਂ ਤਾਂ ਆਪ ਹੀ ਉਹਨਾਂ ਦੀ ਸਟੇਟਮੈਂਟ ਮੁਤਾਬਕ ਕੀ ਹੋ ਗਿਆ ਵੀ ਸ਼ੱਕ ਦੇ ਘੇਰੇ ਚ ਹੀ ਹੋਏਗਾ ਸਰ। ਜਦੋਂ ਪੁੱਗ ਹੀ ਨਹੀਂ ਸਕਦਾ ਪਨੀਰ, ਹਾਈਜੀਨ ਦਾ ਇਹਨੇ ਖਿਆਲ ਨਹੀਂ ਰੱਖਿਆ। ਮੈਸੇਜ ਲੋਕਾਂ ਨੂੰ ਕੀ ਅਪੀਲ? ਲੋਕਾਂ ਨੂੰ ਇਹ ਬੜਾ ਇੱਕ ਬੜੀ ਲਾਈਵ ਸਾਰਾ ਕੁਝ ਦਿਖਾਇਆ, ਲੋਕਾਂ ਲਈ ਇੱਕ ਸੰਦੇਸ਼ ਹੈ ਸਾਡੇ ਸਾਰੇ ਜਿਹੜੇ ਪਨੀਰ ਖਾਣ ਦੇ ਸ਼ੌਕੀਨ ਹੈ, ਵਿਆਹਾਂ 'ਚ ਜਾਂ ਫੰਕਸ਼ਨਾਂ 'ਚ ਜਿਹੜਾ ਪਾ ਕੇ ਪਲੇਟਾਂ 'ਚ ਖਾਂਦੇ। ਔਰ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ, ਬਹੁਤ ਰੇਅਰ ਹੈ ਕੋਈ ਬੰਦਾ ਜਿਹੜਾ ਇਹ ਪਨੀਰ 200 ਰੁਪਏ ਵਾਲਾ ਜਿਹੜਾ ਜਾਂ 250 ਰੁਪਏ ਵਾਲਾ, 200 ਰੁਪਏ ਹੀ ਕਹੂੰਗਾ, ਉਹ ਪਨੀਰ ਘਰੇ ਲੈ ਕੇ ਆਪਣੇ 5 ਬੱਚਿਆਂ ਲਈ ਫੈਮਿਲੀ ਮੈਂਬਰ ਲਈ ਲੈ ਕੇ ਜਾਂਦਾ। ਨਹੀਂ, ਇਹ ਉੱਥੇ ਹੀ ਜਾਣਾ ਜਿੱਥੇ ਬਹੁਤ 200-500 ਹਜ਼ਾਰ ਬੰਦੇ ਦਾ ਫੰਕਸ਼ਨ ਹੋਣਾ, ਉੱਥੇ ਇਹ ਚੱਲਣਾ। ਔਰ ਉੱਥੇ ਜਿਹੜਾ ਪਲੇਟਾਂ 'ਚ ਪਾ ਕੇ ਲੋਕ ਪਨੀਰ ਖਾਣਾ ਆ ਕਿਤੇ ਵੀ, ਉਹ ਦੇਖ ਲੈਣ ਵੀ ਕਿੱਡਾ ਕੁ ਮਿਆਰੀ ਪਨੀਰ ਹੈ ਇਹ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਸੰਦੇਸ਼ ਦੇਣਾ ਚਾਹੁੰਦਾ ਵੀ ਪਲੀਜ਼ ਬਈ ਜਦੋਂ ਜਿਹੜੀ ਚੀਜ਼ ਮਿਆਰੀ ਨਹੀਂ ਹੈਗੀ ਤਾਂ ਤੁਸੀਂ ਪਲੀਜ਼ ਨਾ ਖਾਓ, ਹੋਰ ਚੀਜ਼ਾਂ ਥੋੜ੍ਹੀਆਂ ਹੈਗੀਆਂ ਖਾਣ ਨੂੰ। ਮਤਲਬ ਕਮ ਸੇ ਕਮ ਉਹ ਚੀਜ਼ ਹੋਵੇ, ਤੁਸੀਂ ਪਨੀਰ ਸਮਝ ਕੇ ਖਾ ਰਹੇ ਹੋ ਨਾ, ਪਰ ਤੁਹਾਨੂੰ ਲੱਗ ਰਿਹਾ ਪਨੀਰ ਤਾਂ ਉਸ ਮਿਆਰ ਦਾ ਹੈ ਹੀ ਨਹੀਂਗਾ।